ਸਮੇਂ ਇੱਕ ਇਤਿਹਾਸਕਾਰ ਨੇ ਅੱਜ ਦੇ ਜਿਹੜੇ ਆਪਾਂ ਬੱਚਿਆਂ ਦੇ ਨਾਂ ਛੋਟੇ ਛੋਟੇ ਰੱਖ ਲਏ ਨੇ, ਉਹਦੇ 'ਤੇ ਇੱਕ ਬਹੁਤ ਹੀ ਸੁੰਦਰ ਵਾਕਿਆ ਲਿਖਿਆ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ, ਉਹ ਆਪ ਜੀ ਨਾਲ ਅਸੀਂ ਸਾਂਝਾ ਕਰਦੇ ਹਾਂ। ਉਹ ਕਹਿੰਦੇ ਹਨ ਕਿ ਮਹਾਰਾਜਾ ਰਣਜੀਤ ਸਿੰਘ ਜਿਸ ਤਰ੍ਹਾਂ ਦਾਦੇ ਦਾ ਨਾਂ ਸੀਗਾ ਚੜ੍ਹ ਸਿੰਘ ਸੀ, ਬਾਪ ਦਾ ਨਾਮ ਮਹਾਂ ਸਿੰਘ ਸੀ। ਇਹਨਾਂ ਨਾਵਾਂ ਦੇ ਪ੍ਰਤੀ ਇੱਕ ਬਹੁਤ ਹੀ ਸੁੰਦਰ ਵਾਕਿਆ ਲਿਖਦਾ। ਉਹ ਕਹਿੰਦਾ ਹੈ ਕਿ ਜਿਸ ਨੇ ਅਹਿਮ ਸ਼ਾਹ ਅਬਦਾਲੀ ਦਾ ਪੁੱਤਰਾ ਸਮਨ ਕੁੱਝ ਦੇ ਵਿੱਚ ਆਪਣੇ ਕੋਲ ਸਾਥੀਆਂ ਨਾਲ ਬੈਠਾ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਪਤਾ ਲੱਗਦਾ ਹੈ, ਤਾਂ ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਕੋਲ ਸਾਥੀਆਂ ਨਾਲ ਉੱਥੇ ਪਹੁੰਚ ਜਾਂਦਾ। ਉੱਥੇ ਜਾ ਕੇ ਆਪਣੇ ਤੋੜੇਦਾਰ ਬੰਦੂਕਾਂ ਦੇ ਨਾਲ ਫਾਇਰ ਕਰਦੇ ਹਨ, ਤਾਂ ਫਿਰ ਦੂਜੇ ਪਾਸੇ ਆਵਾਜ਼ ਆਉਂਦੀ ਹੈ ਕੌਣ ਆ ਇਹਨੇ। ਜਿਹੜਾ ਮਹਾਰਾਜਾ ਰਣਜੀਤ ਸਿੰਘ ਨੂੰ ਕੋਈ ਜਵਾਬ ਦਿੰਦਾ ਹੈ, ਉਹ ਇਸ ਲੇਖੇ ਨੇ ਬਹੁਤ ਸੋਹਣਾ ਲਿਖਿਆ ਹੈ। ਉਹ ਕਹਿੰਦਾ ਹੈ ਮਹਾਰਾਜਾ ਰਣਜੀਤ ਸਿੰਘ ਉਸਨੂੰ ਵਿਗਾੜਦਾ ਅਤੇ ਕਹਿੰਦਾ ਹੈ ਬਾਹਰ ਨਿਕਲਿਆ ਮੈਂ ਸ਼ਾਮ ਅਬਦਾਲੀ ਦਾ ਪੁੱਤਰ ਆ, ਅੱਜ ਕੱਲ੍ਹ ਚੜ੍ਹ ਸਿੰਘ ਦਾ ਪੁੱਤਰ ਆ ਰਣਜੀਤ ਸਿੰਘ ਵਿਗਾੜਦਾ। ਜਾਣੀ ਕਿ ਜਿਹੜੇ ਸਾਡੇ ਨਾਂ ਹੈ ਮਨੁੱਖਾਂ ਦੇ, ਇਹ ਵੀ ਇੱਕ ਬਹੁਤ ਤਕੜਾ ਪ੍ਰਭਾਵ ਛੱਡਦੇ ਹਨ। ਸਾਨੂੰ ਆਪਣੇ ਬੱਚਿਆਂ ਦੇ ਨਾਂ ਠੋਸ ਰੱਖਣੇ ਚਾਹੀਦੇ ਹਨ ਗੁਰਮਤਿ ਦੇ ਜਿਹੜੇ ਅਨੁਸਾਰ ਨੇ।